ਮੈਂ ਪਹਿਲਾਂ ਕਾਂਗਰਸ ਵਿੱਚ ਸੀ, ਵਾਰਡ ਤੋਂ ਲੈ ਕੇ ਬਲੋਕ, ਬਲੋਕ ਤੋਂ ਡਿਸਟ੍ਰਿਕਟ, ਡਿਸਟ੍ਰਿਕਟ ਤੋਂ ਪੰਜਾਬ ਲੈਵਲ 'ਤੇ ਮੈਂ ਮਹਿਲਾ ਕਾਂਗਰਸ ਵਿੱਚ ਕੰਮ ਕੀਤਾ। ਮੈਂ ਪ੍ਰੈਜੈਂਟ ਪੰਜਾਬ ਜਨਰਲ ਸੈਕਟਰੀ ਸੀ ਮਹਿਲਾ ਕਾਂਗਰਸ ਵਿੱਚ। ਛੱਡਣ ਦਾ ਕਾਰਨ ਜਿਹੜਾ ਸਾਬਕਾ ਵਿਧਾਇਕ, ਜੂਥ ਦਾ ਜ਼ਿਲ੍ਹਾ ਪ੍ਰਧਾਨ, ਤੁਹਾਨੂੰ ਉਹਦੀਆਂ ਹਰਕਤਾਂ ਵਾਸਤੇ ਬਾਰੇ ਸਾਰਿਆਂ ਨੂੰ ਹੀ ਪਤਾ ਹੈ, ਮੇਰੇ ਤਾਂ ਦੱਸਣ ਦੀ ਕੋਈ ਲੋੜ ਹੀ ਨਹੀਂ ਹੈਗੀ। ਆਪਾਂ ਉੱਥੋਂ ਬਹੁਤ ਦੁਖੀ ਸੀਗੇ, ਇੱਕ ਤਾਂ ਉਹਦੀ ਇਗਨੋਰਤਾ, ਇੱਕ ਉਹਦੀਆਂ ਹਰਕਤਾਂ, ਉਹਦੀਆਂ ਹਰਕਤਾਂ ਇਹੋ ਜਿਹੀਆਂ ਸੀ ਵੀ ਅਸੀਂ ਲੋਕ ਉਹਨੂੰ ਆਪਣੇ ਘਰ ਅਸੀਂ ਨਹੀਂ ਸੀ ਵੜ ਸਕਦੇ। ਇਸ ਕਰਕੇ ਅਸੀਂ ਇਹ, ਮੈਂ ਤਾਂ ਵੀ ਪਾਰਟੀ ਛੱਡਣਾ ਹੀ ਮਨਜ਼ੂਰ ਕੀਤਾ ਵੀ ਪਾਰਟੀ ਮੈਂ ਛੱਡ। ਕਿੰਨੇ ਸਮੇਂ 'ਚ ਤੁਸੀਂ ਕਾਂਗਰਸ 'ਚ ਸੀਗੇ? ਕਾਂਗਰਸ ਵਿੱਚ ਮੈਂ 37 ਸਾਲ ਤੋਂ ਸੀ, ਪਰ ਕਾਂਗਰਸ ਨੇ ਕੋਈ ਬੁੱਕਤ ਨਹੀਂ ਕੀਤੀ। ਅਜਿਹਾ ਤੁਹਾਨੂੰ ਕੀ ਵਧੀਆ ਲੱਗਿਆ ਬੀਜੇਪੀ 'ਚ, ਜੇ ਤੁਸੀਂ ਬੀਜੇਪੀ 'ਚ ਸ਼ਾਮਿਲ ਹੋਏ ਹੋ? ਦੇਖੋ, ਕਾਂਗਰਸ ਨੇ ਕੋਈ ਬੁੱਕਤ ਨਹੀਂ ਕੀਤੀ, ਕੋਈ ਕਦਰ ਨਹੀਂ ਕੀਤੀ ਕਿਸੇ ਮਹਿਲਾ ਦੀ। ਬੀਜੇਪੀ ਵਿੱਚ ਦੇਖੋ, ਮੋਦੀ ਜੀ ਨੇ ਬਹੁਤ ਸਹੂਲਤਾਂ ਦਿੱਤੀਆਂ। ਇੱਕ ਅਕਾਲੀ ਦਲ ਵਿੱਚ ਇੱਕ ਹੀ ਹਰਸਿਮਰਤ ਕੌਰ ਬਾਦਲ ਹੈ ਜਿਨ੍ਹਾਂ ਨੂੰ ਇੱਕ MP ਦੀ ਟਿਕਟ ਮਿਲਦੀ ਹੈ, ਹੋਰ ਕਿਸੇ ਪਾਰਟੀ ਵੱਲੋਂ ਕਿਸੇ ਔਰਤ ਨੂੰ ਨਹੀਂ ਹੈ। ਇੱਕ BJP ਸਰਕਾਰ ਹੀ ਹੈ ਜਿਹਦੇ ਵਿੱਚ ਮਹਿਲਾਵਾਂ ਨੂੰ MP ਦੀ ਟਿਕਟ ਮਿਲਦੀ ਹੈ। ਉਹਨੇ, ਮੋਦੀ ਸਾਹਿਬ ਨੇ ਬਹੁਤ ਸਹੂਲਤਾਂ ਦਿੱਤੀਆਂ, ਸਿਲੰਡਰ ਵੰਡੇ, ਸਿਲੰਡਰ ਜਿਨ੍ਹਾਂ ਕੋਲ ਨਹੀਂ ਪੈਸੇ ਸੀ ਉਹਨਾਂ ਨੂੰ ਫ੍ਰੀ ਵੀ ਦਿੱਤੇ ਹੈਗੇ ਆ, ਆਯੁਸ਼ਮਾਨ ਕਾਰਡ ਬਣੇ ਹੈ, ਬਹੁਤ ਸਹੂਲਤਾਂ ਦਿੱਤੀਆਂ ਮੋਦੀ ਸਾਹਿਬ ਨੇ। ਇਸ ਕਰਕੇ ਮੈਂ BJP ਦਾ ਵਿੱਚ ਜਾਣਾ ਹੀ ਬਿਹਤਰ ਸਮਝਿਆ। ਸੁਮਨ ਜੀ, ਲੰਬਾ ਸਮਾਂ ਤੁਸੀਂ 37 ਸਾਲ ਨੂੰ ਕਾਂਗਰਸ 'ਚ ਲਾਏ ਨੇ, ਜਿਹਨਾਂ ਪ੍ਰਧਾਨ ਤੁਸੀਂ ਪਰੇਸ਼ਾਨ ਸੀਗੇ, ਪਰ ਕੀ ਤੁਸੀਂ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਦੇਖੋ, ਗੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਕਿਸੇ ਨੇ ਸੁਣੀ ਨਹੀਂ, ਕਿਸੇ ਨੇ ਸੁਣੀ ਹੀ ਨਹੀਂ। ਆਪਣਾ ਪਰਿਵਾਰ ਛੱਡਣਾ ਨਾ ਬਹੁਤ ਔਖਾ ਹੁੰਦਾ। ਇੱਕ ਕਹਿੰਦੇ ਨਾ ਕਿ 5.5 ਸਾਲ ਰਵਨੀਤ ਸਿੰਘ ਬਿੱਟੂ ਫੋਨ ਨਹੀਂ ਚੱਕਦੇ, ਤੁਸੀਂ ਵੀ ਕੀਤਾ ਜੀ ਕਦੇ ਫੋਨ? ਨਹੀਂ, ਮੈਂ ਨਹੀਂ ਫੋਨ ਕੀਤਾ ਸੀ, ਮੈਂ ਨਹੀਂ ਝੂਠ ਬੋਲਣਾ, ਮੈਂ ਫੋਨ ਨਹੀਂ ਕੀਤਾ ਸੀ। ਮੈਂ ਜਿਹਨਾਂ ਨੂੰ, ਮੇਰੇ ਵਾਸਤੇ ਜਿਹੜਾ MP ਹੈ ਤਾਂ ਮੈਨੂੰ ਕਹਿਣ ਤੋਂ ਕੋਈ ਗਰੇਜ਼ ਨਹੀਂ ਵੀ ਹੈਪੀ ਰੰਧਾਵੇ ਸੀ ਮੇਰੇ ਵਾਸਤੇ MP। ਤੁਸੀਂ ਇੱਕ ਸਵਾਲ ਕੀਤਾ ਸੀਗਾ ਕਿ ਘਰੇ ਵੜਨ ਯੋਗ ਨਹੀਂ ਸੀਗਾ ਜਿਹੜਾ ਮੌਜੂਦਾ ਹੁਣ ਜ਼ਿਲ੍ਹਾ ਪ੍ਰਧਾਨ ਬਣਿਆ, ਘਰ ਵੜਨ ਯੋਗ ਕਿਉਂ ਨਹੀਂ ਸੀਗਾ? ਮਹਿਲਾਵਾਂ ਦੇ ਨਾਲ ਕੋਈ ਗਲਤ ਨਿਗਾਹ ਰੱਖਦਾ ਸੀਗਾ? ਬਿਲਕੁਲ ਰੱਖਦਾ ਸੀਗਾ, ਬਿਲਕੁਲ ਰੱਖਦਾ ਸੀਗਾ। ਮਹਿਲਾਵਾਂ ਨੂੰ ਘਰ ਚ ਵਾੜ ਵੀ ਰਹੀਆਂ ਨੇ ਤੇ ਲੋਕਾਂ ਦੇ ਨਾਲ ਜੱਫੀਆਂ ਵੀ ਪਾ ਰਿਹਾ ਵਾ, ਰਾਜਾ ਵੜਿੰਗ ਵੀ ਜੱਫੀਆਂ ਪਾ ਰਿਹਾ, ਮਹਿਲਾਵਾਂ ਦੇ ਨਾਲ ਆ ਵੀ ਕਿਤੇ ਮਹਿਲਾ ਨਾਲ ਜੱਫੀਆਂ ਪਾ ਰਿਹਾ, ਕਿਉਂ ਨਹੀਂ ਵੜਨ ਯੋਗ ਹੈ? ਦੇਖੋ, ਇਹ ਉਹਨਾਂ ਨੂੰ ਪਤਾ ਹੋਊਗਾ, ਇਸ ਬਾਰੇ ਮੈਂ ਨਹੀਂ ਕੁਛ ਕਹਿਣਾ ਚਾਹੁੰਦੀ, ਇਸ ਗੱਲ ਦਾ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ। ਜੋ ਮੈਂ ਦੇਖਿਆ, ਮੈਂ ਆਪਣੇ ਆਪ ਜੋ ਮੈਂ ਆਪ ਦੇਖਿਆ ਮੈਂ ਆਪਣਾ ਕਹਿ ਦਿੱਤਾ ਕਿ ਜੋ ਮੈਨੂੰ ਚੰਗਾ ਲੱਗਿਆ ਮੈਂ ਕਹਿ ਦਿੱਤਾ। ਜਾਤੀ ਹੋਈ, ਮੇਰੇ ਇੱਕੋ ਹੀ, ਮੇਰੇ 2-3 ਜਾਤੀਆਂ ਹੋਈਆਂ। ਜੇ ਸਾਡਾ ਮੌਜੂਦਾ MLA ਹੈ, ਅਸੀਂ ਉਹਦੇ ਵਾਸਤੇ ਦਿਨ ਰਾਤ ਅਸੀਂ ਲੜਦੇ ਹਾਂ, ਮਰਦੇ ਹਾਂ। ਜੇ ਸਾਡੇ ਵਾਸਤੇ ਉਹ ਨਹੀਂ ਖੜਾ ਫਿਰ ਅਸੀਂ ਕੀ ਕਰਨਾ ਜੀ? ਨਿਗਾਹ ਗੰਦੀ ਹੈ ਉਹਦੀ, ਨਿਗਾਹ ਵਾਕਈ ਗੰਦੀ ਹੈ, ਨਿਗਾਹ ਵਾਕਈ ਗੰਦੀ। ਦੇਖੋ, ਮੈਨੂੰ ਉਹਨੇ ਗੰਦਿਆ ਨਹੀਂ, ਮੇਰੇ ਵਾਸਤੇ ਗੰਦੀ ਨਿਗਾਹ ਨਹੀਂ। ਆਪਾਂ ਜੋ ਸਾਰੀ ਦੁਨੀਆ ਸੁਣਦੀ ਹੈ, ਸਾਰੀ ਦੁਨੀਆ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ, ਸਭ ਦੁਨੀਆ 'ਚ ਪਤਾ ਹੈ। ਅੱਛਾ, ਇਹ ਗੱਲਾਂ ਤੁਸੀਂ ਅੱਜ ਸੀਗੀਆਂ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਪਹਿਲਾਂ ਸੀਗੀਆਂ ਜਾਂ ਫਿਰ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ? ਉਹ ਪਹਿਲਾਂ ਹੀ ਸੀ। ਇਹ ਗੱਲਾਂ ਤੁਸੀਂ ਅੱਜ ਕਹਿ ਰਹੇ ਹੋ, ਇੰਨਾ ਸਮਾਂ ਗਾਲਿਆ ਪਹਿਲਾਂ ਕਿਉਂ ਨਹੀਂ ਗਈਆਂ ਇਹ ਗੱਲਾਂ? ਮੈਂ ਤਾਂ ਉਹਨਾਂ ਵੀ ਗੱਲ ਕੀਤੀ ਸੀਗੀ, ਇਸ ਟੋਪਿਕ 'ਤੇ ਗੱਲ ਤਾਂ ਮੈਂ ਉਹਨਾਂ ਨਾਲ ਵੀ ਕੀਤੀ ਸੀਗੀ। ਜਿਹੜੀ ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੀ ਉਹ ਵੀ ਛੱਡ ਕੇ ਗਈ ਹੈ, ਉਹਨੂੰ ਤਾਂ ਈਸਟ ਵਿੱਚ ਕਦੇ ਮੀਟਿੰਗ ਨਹੀਂ ਕਰਨ ਦਿੱਤੀ ਵੀ ਈਸਟ ਮੈਂ ਆਪਣੇ ਆਪ ਹੀ ਸਾਂਭੂਗਾ। ਜ਼ਿਲ੍ਹਾ ਪ੍ਰਧਾਨ ਉਹ ਸਾਰੇ ਮੀਟਿੰਗਾਂ ਕਰ ਸਕਦਾ ਹੈ। ਮੇਰੇ ਘਰ ਮੀਟਿੰਗ ਕਰਨ ਨੂੰ ਕਿਹਾ ਸੀਗਾ, ਉਹ ਵੀ ਕੈਂਸਲ ਕਰਵਾ ਦਿੱਤੀ ਸੀਗੀ।
ਉਹਨੂੰ ਵੀ ਤਾਂ ਇਗਨੋਰ ਕੀਤਾ ਗਿਆ, ਉਹ ਤਾਂ ਹੀ ਗਈ ਹੈ ਕਿਉਂਕਿ ਆਪਣਾ ਪਰਿਵਾਰ ਛੱਡਣ ਕਿਸੇ ਦਿਲ ਨਹੀਂ ਕਰਦਾ ਹੁੰਦਾ, ਬੰਦਾ ਦੁਖੀ ਹੋ ਕੇ ਹੀ ਜਾਂਦਾ ਹੈ ਵੀ ਕਿਸੇ ਨੂੰ ਕੋਈ ਚਾਅ ਨਹੀਂ ਚੜਿਆ ਹੁੰਦਾ ਵੀ ਜਿੱਥੇ ਆਪਾਂ ਇੰਨੇ ਸਾਲ ਗਾਲੇ ਆ ਵੀ ਆਪਾਂ ਉਹਨੂੰ ਛੱਡ ਕੇ ਚਲੇ ਜਾਈਏ। ਇਹ ਚਾਰ ਕੌਂਸਲਰ ਗਏ ਹੈ, ਕਿਸੇ ਨਾ ਕਿਸੇ ਨੀਤਾ ਦੁਖੀ ਹੋ ਕੇ ਹੀ ਗਏ ਹੋਣੇ ਆ, ਜਿੱਦਾਂ ਮੈਂ ਦੁਖੀ ਹੋ ਕੇ ਜਾ ਰਹੀ ਹਾਂ ਅੱਜ, ਕੋਈ ਨਾ ਕੋਈ ਤਾਂ ਪਰੇਸ਼ਾਨੀਆਂ ਹੋਣੀਆਂ ਉਹਨਾਂ ਦੀ ਵੀ ਮੇਰੇ ਵਰਗੀਆਂ। ਬਹੁਤ ਜ਼ਿਆਦਾ ਨਾਰਾਜ਼ ਨੇ, ਬਹੁਤ ਜ਼ਿਆਦਾ ਨਾਰਾਜ਼ ਨੇ। ਅਜੇ ਮੈਂ ਇਕੱਲੀ ਨਹੀਂ, ਆਉਣ ਵਾਲੇ ਸਮੇਂ 'ਚ ਹਜੇ ਹੋਰ ਬਹੁਤ ਮਹਿਲਾ ਕਾਂਗਰਸ ਤੋਂ ਲੇਡੀਜ਼ ਜਾਣਗੀਆਂ, ਹੋਰ ਬੰਦੇ ਜਾਣਗੇ। ਨਾ ਇੱਕ ਬੰਦੇ ਤੋਂ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।